ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਜ਼ੀਸ਼ਾਨ ਅਲੀ, ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ ਇੱਕ ਦਫ਼ਾ ਫਿਰ ਇੱਕ ਨਵੇਂ ਟੋਪਿਕ ਦੇ ਨਾਲ। ਅੱਜ ਦੋਸਤੋ ਅਸੀਂ ਗੱਲ ਕਰਾਂਗੇ ਹੰਗੇਰੀਅਨ ਵਰਕ ਪਰਮਿਟ ਦੇ ਬਾਰੇ। ਕਿੰਨੇ ਕਿਸਮ ਦੇ ਪਰਮਿਟ ਹੁੰਦੇ ਆ, ਡਾਕੂਮੈਂਟਸ ਕਿਹੜੇ ਚਾਹੀਦੇ ਆ, ਜੋਬ ਤੁਸੀਂ ਕਿਸ ਤਰ੍ਹਾਂ ਢੂੰਡਣੀ ਆ। ਅਗਰ ਜੋਬ ਲੈਟਸ ਸਪੋਜ ਕਿ ਨਹੀਂ ਲੱਭਦੀ, ਉੱਥੇ ਰੈਕਰੂਟਮੈਂਟ ਕੰਪਨੀਆਂ, ਮੈਂ ਤੁਹਾਨੂੰ ਉਹਨਾਂ ਦੀ ਵੈਬਸਾਈਟ ਦੱਸਾਂਗਾ। ਫਿਰ ਫੀਸ ਉਹਦੀ ਕਿੰਨੀ ਆ, ਇਹਨਾਂ ਦਾ ਪਰਮਿਟਸ ਦਾ ਡਿਊਰੇਸ਼ਨ ਕਿੰਨਾ ਹੁੰਦਾ ਵਾ, ਇਹ ਸਾਰੀ ਜਿਹੜੀ ਗੱਲ ਆ ਇਸ ਵੀਡੀਓ ਦੇ ਵਿੱਚ ਦੱਸੂੰਗਾ। ਵੀਡੀਓ ਨੂੰ ਐਂਡ ਤੱਕ ਦੇਖਣਾ। ਅਗਰ ਵੀਡੀਓ ਪਸੰਦ ਆਵੇ ਪਲੀਜ਼ ਲਾਈਕ, ਸ਼ੇਅਰ ਤਾਂ ਕਮੈਂਟ ਕਰਨਾ। ਨਵੇਂ ਆਉਣ ਵਾਲੇ ਦੋਸਤਾਂ ਨੂੰ ਵੈਲਕਮ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ, ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਚਲੋ ਜੀ, ਅੱਜ ਦੇ ਟੋਪਿਕ ਦੀ ਤਰਫ ਚੱਲਦੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਦੋਸਤੋ ਜਾਣਦੇ ਹਾਂ ਕਿ ਹੰਗਰੀ ਨੇ ਇੰਟਰਨੈਸ਼ਨਲ ਵਰਕਰਸ ਵਾਸਤੇ ਪਰਮਿਟ ਓਪਨ ਕਰ ਦਿੱਤੇ। ਤਿੰਨ ਤਰ੍ਹਾਂ ਦੇ ਪਰਮਿਟ ਹੁੰਦੇ ਆ। ਇੱਕ ਇੰਪਲੋਇਮੈਂਟ ਪਰਮਿਟ ਹੁੰਦੇ ਆ, ਇਹਦੀਆਂ ਦੋ ਟਾਈਪਸ ਹੁੰਦੀਆਂ, ਕੈਟਾਗਰੀਆਂ ਦੀਆਂ ਦੋ ਹੁੰਦੀਆਂ, ਜਿੱਦਾਂ ਇੱਕ ਸਪੈਸੀਫਿਕ ਹੁੰਦੀ ਹੈ ਅਤੇ ਇੱਕ ਜਨਰਲ ਹੁੰਦੀ ਆ। ਸਪੈਸੀਫਿਕ ਹਾਈਲੀ ਸਕਿੱਲਡ ਪੀਪਲ ਐਂਡ ਹਾਈਲੀ ਕੁਆਲੀਫਾਈਡ ਪੀਪਲ, ਅਤੇ ਇੱਕ ਹੁੰਦੀ ਆ ਨੋਰਮਲ ਜਨਰਲ। ਜਨਰਲ ਇਸ ਤਰ੍ਹਾਂ ਹੁੰਦੀ ਹੈ ਕਿ ਜਿਸ ਤਰ੍ਹਾਂ ਲੇਬਰ ਪਰਮਿਟ ਹੁੰਦੇ ਆ, ਕੋਈ ਵੀ ਲੇਬਰ ਦੀ ਜੋਬ ਆ ਉਹਦੇ ਵਾਸਤੇ ਇਹਨਾਂ ਨੂੰ ਕਹਿੰਦੇ ਆ ਕਿ ਇੰਪਲੋਇਮੈਂਟ ਪਰਮਿਟ। ਦੂਸਰਾ ਹੁੰਦਾ ਵਾ ਪ੍ਰਾਈਵੇਟ ਬਿਜ਼ਨਸ, ਇਹਦੇ ਵਿੱਚ ਤੁਹਾਡੇ ਕੋਈ ਬਿਜ਼ਨਸ ਆਈਡੀਆ ਵਾ ਜਾਂ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਆ, ਇੱਕ ਇਹ ਹੁੰਦਾ। ਇੱਕ ਤੀਸਰਾ ਹੁੰਦਾ ਵਾ ਸੀਜ਼ਨਲ ਵਰਕ ਪਰਮਿਟ, ਇਹਦਾ ਡਿਊਰੇਸ਼ਨ ਬਹੁਤ ਥੋੜ੍ਹਾ ਹੁੰਦਾ, 6 ਮਹੀਨੇ ਤੋਂ 1 ਸਾਲ, ਮੇ ਬੀ ਇਹ ਐਕਸਟੈਂਡ ਹੋ ਜਾਵੇ। ਅਤੇ ਜਿਹੜਾ ਇੰਪਲੋਇਮੈਂਟ ਪਰਮਿਟ, ਅਸੀਂ ਅੱਜ ਸਿਰਫ ਇੰਪਲੋਇਮੈਂਟ ਪਰਮਿਟ 'ਤੇ ਗੱਲ ਕਰਾਂਗੇ। ਇੰਪਲੋਇਮੈਂਟ ਪਰਮਿਟ ਹੁੰਦਾ ਕਿ ਜਨਰਲ ਇੰਪਲੋਇਮੈਂਟ ਪਰਮਿਟ ਜਾਂ ਸਪੈਸੀਫਿਕ। ਅਗਰ ਚਲੋ ਅਸੀਂ ਅੱਜ ਗੱਲ ਕਰਦੇ ਹਾਂ ਜਨਰਲ, ਜਿਹੜੀ ਲੇਬਰ ਦਾ ਵਾ ਨਾ, ਉਹ 1 ਸਾਲ ਤੋਂ 3 ਸਾਲ ਦਾ ਉਹਦਾ ਡਿਊਰੇਸ਼ਨ ਹੁੰਦਾ ਵਾ, ਇਹ ਐਕਸਟੈਂਡ ਵੀ ਹੋ ਸਕਦਾ ਵਾ। ਅਤੇ ਇਹਨਾਂ ਦੀ ਨੋਰਮਲ ਫੀਸ ਜਿਹੜੀ ਹੁੰਦੀ ਆ ਉਹ 110 ਯੂਰੋ ਹੁੰਦੀ ਆ, 110 ਯੂਰੋਸ। ਅਤੇ ਤੁਸੀਂ ਜਦੋਂ ਐਕਸਟੈਂਸ਼ਨ ਕਰਵਾਉਣੀ ਆ ਤਾਂ $90 ਤੁਸੀਂ ਉਹ ਬਾਅਦ 'ਚੋਂ ਆਪਣੀ ਐਕਸਟੈਂਸ਼ਨ ਫੀਸ ਦੇਣੀ ਆ। ਫਿਰ ਜਿਹੜਾ ਪ੍ਰਾਈਵੇਟ ਬਿਜ਼ਨਸ ਹੁੰਦਾ ਵਾ, ਉਹਦੇ ਵਿੱਚ ਤੁਹਾਡੇ ਕੋਈ ਬਿਜ਼ਨਸ ਆਈਡੀਆ ਵਾ ਅਤੇ ਜਾਂ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਆ, ਉਹ ਹੁੰਦਾ ਵਾ। ਅਸੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਗੱਲ ਕਰਾਂਗੇ ਅੱਜ ਸਿਰਫ ਜਨਰਲ ਇੰਪਲੋਇਮੈਂਟ ਪਰਮਿਟ ਦੇ ਬਾਰੇ, ਉਹਦੇ ਮੈਂ ਤੁਹਾਨੂੰ ਡਾਕੂਮੈਂਟਸ ਦੱਸ ਦਿੰਦਾ ਵਾ। ਡਾਕੂਮੈਂਟਸ 7 ਡਾਕੂਮੈਂਟਸ ਉਹਦੇ ਹੁੰਦੇ ਆ। ਪਾਸਪੋਰਟ ਚਾਹੀਦਾ ਵਾ, ਫਿਰ ਐਪਲੀਕੇਸ਼ਨ ਫਾਰਮ ਆ, ਜਦੋਂ ਐਪਲੀਕੇਸ਼ਨ ਫਾਰਮ ਫਿਲ ਕਰੋ ਉਹਦੇ ਉੱਤੇ ਤਿੰਨੇ ਕੈਟਾਗਰੀਆਂ ਲਿਖੀਆਂ ਹੋਣੀਆਂ ਵਾ ਕਿ ਤੁਸੀਂ ਕਾਹਦੇ ਵਿੱਚ ਆਪਣਾ ਅਪਲਾਈ ਕਰ ਰਹੇ ਹਾਂ, ਜਨਰਲ ਇੰਪਲੋਇਮੈਂਟ। ਅਤੇ ਤੀਸਰਾ ਹੁੰਦਾ ਵਾ ਪਾਸਪੋਰਟ ਸਾਈਜ਼, ਫੋਟੋਗ੍ਰਾਫਸ ਹੁੰਦੇ ਆ, ਅਤੇ ਮੈਡੀਕਲ ਇੰਸ਼ੋਰੈਂਸ 30,000 ਯੂਰੋ ਦੀ ਹੋਣੀ ਚਾਹੀਦੀ ਆ। ਪਰੂਫ ਆਫ ਅਕੋਮੋਡੇਸ਼ਨ ਇਹ ਜ਼ਰੂਰੀ ਆ, ਤੁਹਾਡੇ ਕੋਲ BNP ਜਾਂ ਹੋਟਲ ਦੀ ਕਨਫਰਮੇਸ਼ਨ ਹੋਵੇ, ਲਾਜ਼ਮੀ ਮੰਗਦੇ ਆ ਉਹ। ਬੈਂਕ ਸਟੇਟਮੈਂਟ ਚਾਹੀਦੀ ਆ, 6 ਮੰਥ ਦੀ, 4,000 ਯੂਰੋ ਇਨਫ ਆ। ਅਤੇ ਆਲ ਦਾ ਡਾਕੂਮੈਂਟਸ ਜਿਹੜੇ ਆ ਟਰਾਂਸਲੇਟ ਇੰਗਲਿਸ਼ ਹੋਣੇ ਚਾਹੀਦੇ ਆ, ਅਤੇ ਨੋਟਰੀ ਪਬਲਿਕ ਤੋਂ ਟੈਸਟਡ ਹੋਣੇ ਚਾਹੀਦੇ ਆ। ਅੱਛਾ ਜੀ, ਇਹ ਤਾਂ ਹੋ ਗਈਆਂ ਇੱਥੇ ਤੱਕ ਗੱਲਾਂ। 5 ਸਾਈਟਾਂ ਤੁਹਾਨੂੰ ਮੈਂ ਐਸੀਆਂ ਦੱਸੂੰਗਾ ਜਿਨ੍ਹਾਂ ਦੇ ਵਿੱਚ ਆ ਕੇ ਤੁਸੀਂ ਜੋਬ ਤਲਾਸ਼ ਕਰ ਸਕਦੇ ਆ, ਮਤਲਬ ਤੁਹਾਡੀ ਐਜੂਕੇਸ਼ਨ ਜਾਂ ਸਕਿੱਲ ਦੇ ਹਿਸਾਬ ਨਾਲ ਜੋਬਾਂ ਉੱਥੋਂ ਲੱਭ ਜਾਣਗੀਆਂ। ਪਹਿਲੇ ਨੰਬਰ 'ਤੇ ਹੈ ਜੀ ਗਲਾਸ ਡੋਰ, ਮੈਂ ਖੈਰ ਆਪਣੀ ਸਕਰੀਨ ਦੇ ਉੱਤੇ ਵੀ ਚਲਾ ਦਊਂਗਾ ਇਹ ਜਿਹੜੇ ਮੈਂ ਨਾਮ ਲੈ ਰਿਹਾ ਵਾਂ। ਗਲਾਸ ਡੋਰ, ਦੂਸਰੀ ਹੁੰਦੀ ਹੈ ਇਨਡੀਡ, ਇੱਕ ਹੁੰਦੀ ਹੈ IOM, ਫਿਰ ਟੋਟਲ ਜੋਬਸ,
ਫਿਰ ਹੁੰਦੀ ਹੈ ਜੋਬਸ ਇਨ ਬੁਡਾਪੈਸਟ। ਇਹ ਜੀ ਪੰਜ ਸਾਈਟਾਂ ਵਾ, ਇਹਨਾਂ ਦੇ ਉੱਪਰ ਜਾ ਕੇ ਤੁਸੀਂ ਜੋਬ ਦੇਖਣੀ ਆ। ਲੈਟ ਸਪੋਜ਼ ਕਿ ਤੁਹਾਨੂੰ ਜੋਬ ਨਹੀਂ ਲੱਭਦੀ ਜਾਂ ਕੋਈ ਰਿਸਪੋਂਸ ਚੰਗਾ ਨਹੀਂ ਆਉਂਦਾ। ਮੈਂ ਤੁਹਾਨੂੰ ਇੱਕ ਰਿਕਰੂਟਮੈਂਟ ਏਜੰਸੀ ਦੱਸਦਾ ਵਾਂ ਜਿਹੜੇ ਰਿਕਰੂਟ ਕਰਦੇ ਆ ਇੰਟਰਨੈਸ਼ਨਲ ਵਰਕਰਸ ਨੂੰ। ਤੁਸੀਂ ਉਹਨਾਂ ਨਾਲ ਜਾ ਕੇ ਕੰਟੈਕਟ ਕਰੋ। ਅੱਛਾ, ਇੱਕ ਮੈਂ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦੇਵਾਂ, ਰਿਕਰੂਟਮੈਂਟ ਕੰਪਨੀ ਅਗਰ ਤੁਹਾਡੇ ਕੋਲ ਪੈਸੇ ਚਾਰਜ ਕਰਦੀ ਆ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਪੈਸੇ ਦਿੰਦੇ ਆ, ਕੋਈ ਉਹਨਾਂ ਦੀ ਫੀਸ ਆ, ਉਹਦੇ ਵਿੱਚ ਟੂਰਿਸਟ ਮੈਂਟੋਰ ਚੈਨਲ ਬਿਲਕੁਲ ਕੋਈ ਜ਼ਿੰਮੇਦਾਰੀ ਨਹੀਂ ਹੈ, ਆਪਣੀ ਮਰਜ਼ੀ ਨਾਲ ਤੁਸੀਂ ਕਰਨਾ, ਠੀਕ ਆ। ਔਰ ਰਿਕਰੂਟਮੈਂਟ ਕੰਪਨੀ ਉਹ ਵੀ ਮੈਂ ਸਕਰੀਨ 'ਤੇ ਚਲਾ ਦੂੰਗਾ, ਉਹਦਾ ਨਾਮ ਹੈਗਾ pensum.hu pensum.hu। ਇਹ ਰੈਕਰੂਟਮੈਂਟ ਏਜੰਸੀ ਹੈ ਜਿਹੜੀ ਇੰਟਰਨੈਸ਼ਨਲ ਵਰਕਰਸ ਹਾਇਰ ਕਰਕੇ ਉਹਨਾਂ ਦਾ ਪਰਮਿਟ ਬਣਾਉਂਦੇ ਆ। ਅੱਛਾ, ਇੱਕ ਚੀਜ਼ ਹੋਰ ਹੈਗੀ ਆ ਕਿ ਅਗਰ ਤੁਸੀਂ ਫੈਮਿਲੀ ਵਾਲੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਪਾਊਸ ਵੀ ਤੁਹਾਡੇ ਨਾਲ ਮੂਵ ਹੋਵੇ, ਜਾਂ ਅਗਰ ਤੁਹਾਡੇ ਨਾਲ ਡਿਪੈਂਡੈਂਸ ਆ ਲਾਈਕ ਮਾਈਨਰ ਬੱਚੇ ਆ ਤੁਹਾਡੇ ਨਾਲ, ਅਤੇ ਮੈਂ ਤੁਹਾਨੂੰ ਕੰਪਨੀ ਉਹ ਵੀ ਤੁਹਾਨੂੰ ਮੈਂ ਦੱਸਦਾ, ਉਹਨਾਂ ਦੀ ਵੈਬਸਾਈਟ, ਈਮੇਲ ਐਡਰੈਸ। ਪਲੀਜ਼ ਜਿੰਨੀ ਦੇਰ ਤੁਹਾਡਾ ਜੋਬ ਦਾ ਕੰਟਰੈਕਟ ਨਾ ਬਣ ਜਾਵੇ ਇਹਨਾਂ ਨਾਲ ਕੰਟੈਕਟ ਨਾ ਕਰਨਾ। ਇਹ ਬਹੁਤ ਬਿਜ਼ੀ ਲੋਕ ਆ, ਬਹੁਤ ਜ਼ਿੰਮੇਦਾਰ ਲੋਕ ਆ। ਉਹਨਾਂ ਦੀ ਮੈਂ ਤੁਹਾਨੂੰ ਈਮੇਲ ਦੱਸ ਦਿੰਦਾ, ਉਹ ਵੀ ਮੈਂ ਸਕਰੀਨ 'ਤੇ ਚਲਾ ਦਿਆਂਗਾ, ਤੁਹਾਨੂੰ ਮੈਂ ਦੱਸ ਵੀ ਦਿੰਦਾ। info@helpers.hu, ਠੀਕ ਆ। ਇਹ ਤੁਹਾਡੀ ਹੈਲਪ ਕਰਨਗੇ, ਵੀਜ਼ੇ ਦੇ ਕੋਈ ਵੀ ਇਸ਼ੂਜ ਹੋਣ, ਕੋਈ ਵੀ ਮਾਮਲਾਤ ਹੋਣ, ਇਹ ਲੋਕ ਤੁਹਾਡੀ ਮਦਦ ਕਰਨਗੇ। ਬਹੁਤ ਰਿਲਾਇਬਲ ਕੰਪਨੀ ਆ, ਰਿਸਪੋਂਸੀਬਲ ਆ ਇਹ। ਦੋਸਤੋ, ਇੱਕ ਚੀਜ਼ ਹੋਰ ਸੀਗੀ ਕਿ ਜਿਹੜੇ ਸਟੂਡੈਂਟ ਸੀਗੇ ਜਿਹੜੇ ਅਪ੍ਰੈਲ ਜਾ ਰਿਹਾ ਵਾ 2024, ਜਿਹੜੇ ਤਾਂ ਮਾਰਚ ਤੀਕਰ ਇੱਥੇ ਸਟੂਡੈਂਟ ਆ ਚੁੱਕੇ ਆ ਹੰਗਰੀ ਦੇ ਵਿੱਚ, ਉਹ ਕਨਵਰਟ ਕਰਵਾ ਸਕਦੇ ਆਪਣਾ ਸਟੂਡੈਂਟ ਸਟੈਟਸ ਨੂੰ ਵਰਕ ਪਰਮਿਟ ਦੇ ਉੱਤੇ। ਜਿਹੜੇ ਹੁਣ ਆ ਰਹੇ ਆ ਉਹਨਾਂ ਲਈ ਇਹ ਜਿਹੜੀ ਹੈ ਨਾ ਪੋਲਿਸੀ ਨਹੀਂ ਆ, ਉਹ ਨਹੀਂ, ਤੁਸੀਂ ਚੇਂਜ ਨਹੀਂ ਕਰਵਾ ਸਕਦੇ, ਠੀਕ ਆ। ਅਤੇ ਸਟੇ ਟਿਊਨਡ, ਅਗਰ ਵੀਡੀਓ ਪਸੰਦ ਇੱਥੇ ਤੱਕ ਆਈ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਨਾ, ਦੋਸਤਾਂ ਨਾਲ ਸ਼ੇਅਰ ਕਰਨਾ। ਅਤੇ ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ, ਮੁਲਾਕਾਤ ਹੋਊਗੀ ਨੈਕਸਟ ਟੋਪਿਕ 'ਤੇ ਨੈਕਸਟ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖਿਓ। ਅਸਲਾਮ ਵਾਲੇਕੁਮ।